ਸਾਰੇ ਕੰਮ ਕਰ ਲਏ, ਬਾਕੀ ਕੱਪੜੇ ਧੋਣ ਵਾਲੇ ਰਹਿ ਗਏ। ਹੁਣ ਲਾਈਟ ਨਹੀਂ ਹੈਗੀ, ਦੱਸ ਨਾ ਪਾਣੀ ਆ, ਟੈਂਕੀ ਖਤਮ ਹੋ ਗਈ। ਚੱਲ ਪ੍ਰੀਤੀ ਨੂੰ ਬੋਲ ਮਾਰਦੀ ਹਾਂ, ਮੋਟਰ 'ਤੇ ਦੇਖ ਲਿਆ, ਧੋ ਲਾਂਗੇ। ਪ੍ਰੀਤੀ ਪ੍ਰੀਤੀ! ਹਾਂਜੀ ਭਾਬੀ। ਪ੍ਰੀਤੀ ਪਾਣੀ ਨਹੀਂ ਹੈਗਾ ਟੈਂਕੀ 'ਚ, ਅਤੇ ਕੱਪੜੇ ਧੋਣ ਵਾਲੇ ਪੈਸੇ, ਆਪਾਂ ਮੋਟਰ 'ਤੇ ਨਾ ਚੱਲੀਏ। ਚਲੋ ਫਿਰ ਭਾਬੀ, ਭਾਬੀ ਵਿੱਕੀ ਵੀ ਉੱਥੇ ਹੋਣਾ, ਉੱਥੇ ਹੋਊਗਾ, ਨਾਲੇ ਆਪਾਂ ਕੱਪੜੇ ਧੋ ਲਿਆਵਾਂਗੇ, ਨਾਲੇ ਆਪਾਂ ਵੇਤ ਵੱਲ ਚੱਲਾਂਗੇ। ਠੀਕ ਆ, ਹੋਰ ਬਾਵੇ ਕੱਪੜੇ ਕੱਪੜੇ ਸੁੱਕਣੇ ਨਹੀਂ ਨਾ ਫਿਰ ਕੰਮ ਵਾਲੇ ਕੱਪੜੇ ਆ। ਐਂ ਕਰ, ਉਹ ਬੱਠਲ ਵਿੱਚ ਨਾਲ ਤਾਂ ਉਤਰ ਲਾ ਸਾਬਣ ਸੁੱਬਣ ਲੈ ਕੇ ਆ। ਚੱਲ ਫਿਰ ਛੇਤੀ ਕੰਮ ਨਿਬੇੜੀਏ ਆਪਣਾ, ਧੋ ਕੇ ਆਉਣਾ। ਆਇਆ ਪ੍ਰੀਤੀ, ਚੱਲ ਪ੍ਰੀਤੀ। ਪਹਿਲਾਂ ਅਸੀਂ ਮੋਟਰਾਂ ਦੇ ਕੱਪੜੇ ਧੋਂਦੇ ਸੀ, ਹੁਣ ਹੀ ਘਰੇ ਸੁੱਕ ਪੈ ਗਿਆ। ਹੋਰ ਮੋਟਰ ਤੇ ਕੱਪੜੇ ਧੋਣ ਦਾ ਨਜ਼ਾਰੇ ਵਧੀਆ, ਹੋਰ ਨਜ਼ਾਰਾ ਆਉਂਦਾ, ਪਾਣੀ ਖੁੱਲਾ ਉਹਦੇ ਨਾਲ ਕੱਪੜੇ ਧੋ। ਮੈਂ ਸਹੀ ਕਦਮ ਬੱਜੀ ਤਾਂ ਨੀ? ਨਹੀਂ ਬੱਜੀ, ਆ ਜਾ। ਵਧੀਆ ਲੱਗਦੇ ਆ ਪ੍ਰੀਤੀ, ਉੱਥੇ ਖੁੱਲੇ ਪਾਣੀ 'ਚ ਕੱਪੜੇ ਧੋਣੇ। ਚੱਲ ਨਾਲ ਖੇਤ ਗੇੜਾ ਮਾਰਿਆ ਵਾਂਗੇ, ਇੰਨੇ ਬਹਾਨੇ ਨਾਲ ਆਪਾਂ ਨੂੰ ਖੇਤ ਜਾਣ ਦਾ ਮੌਕਾ ਮਿਲ ਗਿਆ। ਖੇਤ ਤਾਂ ਬੜਾ ਨਜ਼ਾਰਾ ਆਉਂਦਾ ਮੋਟਰ ਦੇ ਕੱਪੜੇ ਧੋਣ ਦਾ ਪਾਣੀ, ਉੱਥੇ ਨਹਾ ਲੈਣੇ ਆ, ਉੱਥੇ ਕੱਪੜੇ ਧੋਣੇ, ਵਧੀਆ ਲੱਗਦਾ ਗਾ ਖੇਤ। ਠੰਡਾ ਪਾਣੀ ਤੇ ਵਾਹ ਹੁੰਦਾ।
ਭਾਬੀ ਤੂੰ ਤਾਂ ਗਿੱਲੀ ਹੋਈ ਨਹੀਂ ਜੀ, ਤੂੰ ਤਾਂ ਉਹੀ ਸਾਲਾ ਲਾਈ ਗਈ ਵਿੱਚ। ਭਾਬੀ ਨਜ਼ਾਰੇ ਪਤਾ ਕਿੰਨੇ ਆਇਆ, ਮੈਂ ਆਪਣਾ ਬਿੱਲ ਲਾਉਣੇ ਮੰਗਲਵਾਰ।